ਜੀ ਅਸਲਾਮ ਅਲੈਕੁਮ ਪਿਆਰੇ ਦੋਸਤੋ, ਕੀ ਹਾਲ ਚਾਲ? ਖੈਰੀਅਤ? ਤੇ ਅੱਜ ਗੱਲ ਕਰਨੇ ਆ ਪਾਕਿਸਤਾਨ ਦੇ ਅਰਸ਼ਦ ਨਦੀਮ, ਜਿਨ੍ਹਾਂ ਦਾ ਤਲਕ ਮੀਆਂ ਚੰਨੂ ਦੇ ਨਾਲ ਹੈ, ਔਰ ਇਹਨਾਂ ਨੇ 38 ਸਾਲ ਤੋਂ ਬਾਅਦ ਪਾਕਿਸਤਾਨ ਨੂੰ ਫਤਿਹ ਦਿੱਤੀ ਹੈ। ਇੱਕ ਬਹੁਤ ਹੀ ਕਮਾਲ ਗੱਲ ਹੈ, ਔਰ ਇਹਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਕੋਲੋਂ ਕਮੈਂਟ ਔਰ ਲੋਕਾਂ ਦੀ ਗੱਲਾਂ ਸੁਣਨ ਮਿਲੀਆਂ ਨੇ ਕਿ ਅਰਸ਼ਦ ਨਦੀਮ ਇੰਤਹਾਈ ਗਰੀਬ ਖਾਨਦਾਨ ਨਾਲ ਤਲਕ ਹੈ। ਹਾਲ ਹੀ ਦੇ ਵਿੱਚ ਉਹਨਾਂ ਨੇ ਕੋਈ ਆਪਣਾ ਜਿਹੜਾ ਨੇਜ਼ਾ ਹੈ ਉਹ ਲੈਣ ਵਾਸਤੇ 85,000 ਰੁਪਏ ਦੀ ਜ਼ਰੂਰਤ ਹੈ, ਜਿਹੜੀ ਕਿ ਉਹਨਾਂ ਨੇ ਕੋਈ ਬੰਦੇ ਉਹਨਾਂ ਨੂੰ ਰਿਸਪੋਂਸ ਨਹੀਂ ਦਿੱਤਾ, ਔਰ ਸਪੈਂਸਰ ਨਾ ਦੇਣ ਦੋ 85,000 ਰੁਪਈਆ ਨਾ ਦਿੱਤਾ, ਜਿਹਦੀ ਵਜ੍ਹਾ ਤੋਂ ਕਰਕੇ ਉਹਨਾਂ ਨੇ ਕੋਈ ਲੱਕੜੀ ਜਾਂ ਸਰੀਆ ਜਾਂ ਸਟੀਲ ਦੇ ਰਾੜ ਨਾਲ ਆਪਣੀ ਮਿਹਨਤ ਆਪਣੀ ਪ੍ਰੈਕਟਿਸ ਨੂੰ ਜਾਰੀ ਕੀਤਾ। ਗੱਲ ਇਹ ਹੈ ਕਿ 2018 ਤੋਂ ਬਾਅਦ ਉਹ ਇਤਨੇ ਗਰੀਬ ਨਾ, ਜਿਤਨਾ ਕਿ ਹੁਣ ਇਸ ਵਕਤ ਸੋਸ਼ਲ ਮੀਡੀਆ 'ਤੇ ਬਣ ਚੁੱਕਿਆ, ਹੁਣ ਇਸ ਵਕਤ ਬਿਲਕੁਲ ਇਹਦੀ ਜਿਹੜੀ ਜ਼ਿੰਦਗੀ ਹੈ ਇੱਕ ਵਾਕਈ ਅੱਜ ਤੋਂ ਬਾਅਦ ਇੱਕ ਸ਼ਹਾਨਾ ਜ਼ਿੰਦਗੀ ਹੋ ਗਈ ਹੈ, ਉਹਦੇ ਤਲਕ ਇੱਕ ਸ਼ਹਾਨਾ ਹੋ ਗਏ ਨੇ, ਛੋਟੇ ਮੋਟੇ ਲੋਕਾਂ ਨਾਲ ਉਹਦੇ ਤਲਕ ਤਕਰੀਬਨ ਖਤਮ ਹੋ ਚੁੱਕੇ ਨੇ। ਲੇਕਿਨ ਇਹ ਕੋਈ ਅੱਜ ਦੀ ਗੱਲ ਨਹੀਂ ਹੈ, ਇਹ 2018 ਤੋਂ ਵੀ ਇੱਕ ਸ਼ਾਨਦਾਰ ਹੈ, ਲੋਕ ਇਹਦੇ ਨਾਲ ਪਿਕਚਰ ਬਣਾਉਂਦੇ ਹਨ। ਆਪਣੇ IG ਪੰਜਾਬ ਡਾਕਟਰ ਉਸਮਾਨ ਅਨਵਰ ਨੇ ਵੀ 2 ਸਾਲ ਪਹਿਲੇ ਇੱਕ ਹਸਪਤਾਲ ਦੇ ਇਫਤਤਾਹ ਕੀਤਾ, ਇਫਤਤਾਹ ਵਾਸਤੇ ਅਰਸ਼ਦ ਨਦੀਮ ਨੂੰ ਸੱਦਿਆ ਗਿਆ। ਯਾਨੀ ਇੰਤਹਾਈ ਗਰੀਬ ਬੰਦਾ ਹੈ, ਕੋਈ ਨਾ ਪਹਿਲੇ ਵੀ ਅੱਛੇ ਘਰ ਦੇ ਨਾਲ ਤਲਕ ਆਏ, ਠੀਕ ਹੈ, ਘਰੇਲੂ ਤਲਕ ਸ਼ਰੀਫ ਹੈ, ਘਰੇਲੂ ਹੈ ਜਨਾਬ, ਇੰਤਹਾਈ ਕੰਮ ਆਮਦਨੀ ਵਾਲਾ ਘਰ ਹੈ, ਲੇਕਿਨ ਇੰਤਹਾਈ ਇਹ 4-5 ਸਾਲਾਂ ਦੇ ਵਿੱਚ ਵੀ ਇਤਨਾ ਗਰੀਬ ਨਾ ਜਿਤਨਾ ਕਿ ਹੁਣ ਇਸ ਵਕਤ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਕਰ ਦਿੱਤਾ ਹੈ। ਘਰੇਲੂ ਤਲਕ ਵੀ ਇਹਦਾ ਠੀਕ ਹੈ, 4-5 ਸਾਲ ਤੋਂ ਵਾਪੜਾ ਦਾ ਮੁਲਾਜ਼ਮ ਹੈ, ਇਹਦਾ ਬਿਹਤਰੀਨ ਨਿਜ਼ਾਮ ਹੈ। ਪਾਕਿਸਤਾਨ ਦੇ ਵਿੱਚ ਇਹ ਪਹਿਲੇ ਵੀ ਚੈਂਪੀਅਨ ਹੈ, ਨੇਜ਼ਾਬਾਜ਼ੀ ਦਾ ਪਾਕਿਸਤਾਨ ਦੇ ਵਿੱਚ ਪਹਿਲੇ ਵੀ ਚੈਂਪੀਅਨ ਹੈ, ਲੇਕਿਨ ਇਹ ਜ਼ਿਆਦਾ ਲੋਕ ਇਨਾਮਾਤ ਦੇ ਰਹੇ ਨੇ। ਵਜ਼ੀਰ ਆਲਾ ਪੰਜਾਬ ਮਰੀਮ ਨਿਵਾਜ਼ ਨੇ 10 ਕਰੋੜ ਦਾ ਐਲਾਨ ਕੀਤਾ ਹੈ, ਔਰ ਹਕੂਮਤ ਸਿੰਧ ਨੇ ਵੀ 5 ਕਰੋੜ ਦੇ ਇਨਾਮ, ਔਰ ਲੋਕਾਂ ਨੇ 1 ਲੱਖ 2 ਲੱਖ 10 ਲੱਖ 5 ਲੱਖ ਗੱਡੀਆਂ, ਆਲਟੋ, ਘਰ, ਕਮਰੇ ਵਗੈਰਾ, ਇਹ ਯਾਨੀ ਬੜਾ ਲੋਕਾਂ ਨੇ ਇਹਨੂੰ ਕਰ ਦਿੱਤਾ ਕਿ ਜਨਾਬ ਇਹ ਕਮਾਲ ਹੋ ਗਿਆ। ਲੇਕਿਨ ਹੋਇਆ ਕਿਵੇਂ? ਅੱਜ ਇੱਕ ਨਾਮਵਰ ਹੋ ਗਿਆ, ਅੱਜ ਇੱਕ ਪਾਕਿਸਤਾਨ, ਬਲਕਿ ਪਾਕਿਸਤਾਨ ਨੇ ਪੂਰੀ ਦੁਨੀਆ ਦੇ ਵਿੱਚ ਅਰਸ਼ੇ ਸ਼ਰੀਫ, ਅਰਸ਼ੇ ਨਦੀਮ ਹੋ ਰਹੀ ਹੈ। ਇਹਦੀ ਵਜ੍ਹਾ ਕੀ ਹੈ ਕਿ ਇਹਦੀ ਮਿਹਨਤ, ਇਹਦੀ ਲਗਨ, ਔਰ 92.93 ਮੀਟਰ ਲੰਬੀ ਜਿਹੜੀ ਇਹਨਾਂ ਨੇ ਸਟਿੱਕ ਫੈਂਕ ਕੇ ਪਾਕਿਸਤਾਨੀ ਆਲਮੀ ਰਿਕਾਰਡ ਬਣਾ ਲਿਆ ਹੈ ਔਰ ਕਮਾਲ ਕਰ ਦਿੱਤਾ ਹੈ। ਲੇਕਿਨ ਗੱਲ ਇਹ ਕੀਤੀ ਜਾਵੇ ਕਿ ਇੰਤਹਾਈ ਹੈ, 10 ਸਾਲ, 5 ਤੋਂ 6 ਸਾਲ ਦੇ ਵਿੱਚ ਵੀ ਇਹ ਬੰਦਾ ਇਤਨਾ ਗਰੀਬ ਨਾ ਜਿਤਨਾ ਕਿ ਹੁਣ ਇਸ ਵਕਤ ਸੋਸ਼ਲ ਮੀਡੀਆ 'ਤੇ ਬਣਾਇਆ ਜਾ ਰਿਹਾ ਹੈ, ਠੀਕ ਹੈ, ਔਰ ਲੋਕ ਇਹਦੇ ਨਾਲ ਪਿਕਚਰ ਬਣਾਉਂਦੇ ਹਨ। ਮੇਰੇ ਕੋਲ ਕੁਛ ਪਿਕਚਰ ਆਈਆਂ ਨੇ ਕਿ ਅੱਛੇ ਅੱਛੇ ਲੋਕ ਇਹਦੇ ਨਾਲ ਖੜ੍ਹੇ ਹੋ ਕੇ ਪਹਿਲੇ ਵੀ ਪਿਕਚਰ ਬਣਾਉਂਦੇ ਹਨ। ਪਾਕਿਸਤਾਨ ਦੇ ਓਲੰਪਿਕ ਯਾਨੀ ਪਾਕਿਸਤਾਨ ਦਾ ਪਹਿਲੇ ਵੀ ਇੰਟਰਨੈਸ਼ਨਲ ਖਿਲਾੜੀ ਆਏ। ਬਾਕੀ ਸਾਰੀਆਂ ਚੀਜ਼ਾਂ ਨਾਲ ਨਾਲ ਇਨਸ਼ਾਅੱਲਾ ਬਹੁਤ ਜਲਦ ਅਸੀਂ ਜਾ ਰਹੇ ਹਾਂ ਅਰਸ਼ਦ ਨਦੀਮ ਦੇ ਘਰ, ਇਹਦੀ ਘਰੇਲੂ ਹਾਲਾਤ, ਇਹਦੀ ਫੈਮਿਲੀਜ਼, ਔਰ ਬਹੁਤ ਜਲਦ ਸਾਡੇ ਕੋਲ ਇਹਦੀਆਂ ਵੀਡੀਓਜ਼ ਵਗੈਰਾ ਤੁਹਾਡੇ ਤੱਕ ਪਹੁੰਚਣੇ। ਇਹਦਾ ਘਰੇਲੂ ਹਾਲਾਤ ਕੀ ਹੈ, ਇਹਦਾ ਘਰ ਕੀ ਹੈ, ਰਹਿਣ ਬਹਿਣ ਕੀ ਹੈ, ਕਿਹੜੀ ਜਗ੍ਹਾ 'ਤੇ ਇਹਨੇ ਪ੍ਰੈਕਟਿਸ ਕਰਦੇ ਹਨ, ਕਿਹੜੇ ਸਕੂਲ ਦੇ ਵਿੱਚ ਖਲੋ ਕੇ ਵਰਜਿਸ਼ ਕਰਨੀ, ਪ੍ਰੈਕਟਿਸ ਕਰਨੀ, ਔਰ ਕੀ ਮਾਮਲਾਤ ਨੇ, ਇਨਸ਼ਾਅੱਲਾ ਬਹੁਤ ਜਲਦ ਤੁਹਾਡੇ ਤੱਕ ਇਹ ਵੀਡੀਓ ਪਹੁੰਚ ਜਾ ਸੀ।